ਇਹਨਾਂ ਤੋਂ ਬੜਾ ਸਦਮਾ ਦੇ ਗਈ। ਹਾਲਾਂਕਿ ਸਭ ਨੇ ਐਸਾ ਸੋਚਾ ਨਾ ਥਾ ਜੈਸਾ ਹੋ ਗਿਆ, ਕਿਉਂਕਿ ਇਹਨਾਂ ਕੇ ਬਾਰੇ ਮੇਂ ਤੋ ਅਭੀ ਸਭ ਦੁਆ ਗੋ ਥੇ, ਦੁਆ ਕਰ ਰਹੇ ਥੇ ਕਿ ਅੱਲਾਹ ਤਾਲਾ ਇਹਨਾਂ ਕੋ ਸਿਹਤ ਦੇ। ਇਹਨਾਂ ਕੋ ਤੋ ਕੋਈ ਵੀ ਖੋਨਾ ਵੀ ਨਹੀਂ ਚਾਹਤਾ ਥਾ, ਕਿਉਂਕਿ ਇਹਨਾਂ ਸੇ ਸਭ ਬਹੁਤ ਜ਼ਿਆਦਾ ਪਿਆਰ ਕਰਤੇ ਥੇ। ਔਰ ਸਾਥ ਆਪਕੋ ਯੇ ਵੀ ਬਤਾਤੇ ਚਲੇ ਕਿ ਇਹਨਾਂ ਕੇ ਜਾਣੇ ਸੇ ਸਭ ਸੇ ਬੜਾ ਸਦਮਾ ਜੋ ਹੈ ਵੋ ਇਹਨਾਂ ਕੀ ਮਾਂ ਕੋ ਲਗਾ, ਰੌਕੀ ਕੋ ਲਗਾ, ਕਿਉਂਕਿ ਉਨ ਦੋਨੋਂ ਕੇ ਲੀਏ ਇਹਨਾਂ ਕੀ ਬਹੁਤ ਜ਼ਿਆਦਾ ਅਹਿਮੀਅਤ ਥੀ। ਸਾਰੀ ਦੁਨੀਆ ਚਾਹੇ ਭਲੇ ਆਪਸੇ ਪਿਆਰ ਕਰੇ, ਲੇਕਿਨ ਆਪਕੇ ਘਰ ਵਾਲੇ ਪਹਿਲੇ ਆਪਕੇ ਲੀਏ ਬਹੁਤ ਜ਼ਿਆਦਾ ਅਹਿਮੀਅਤ ਰੱਖਤੇ ਹੈ। ਇਹਨਾਂ ਨੇ ਆਪਣੀ ਜ਼ਿੰਦਗੀ ਕੇ ਬਾਰੇ ਮੇਂ ਬਹੁਤ ਕੁਛ ਸੋਚਾ ਥਾ, ਬਹੁਤ ਅੱਛੀ ਅੱਛੀ ਪਲੈਨਿੰਗ ਕੀ ਥੀ, ਆਪਣੇ ਵਿਵਰਸ ਕੇ ਸਾਥ ਸ਼ੇਅਰ ਕੀਆ ਥਾ। ਔਰ ਸਭਸੇ ਬੜੀ ਬਾਤ ਕਿ ਇਹਨਾਂ ਨੇ ਕਿਹਾ ਕਿ ਮੁਝੇ ਮਤਲਬ ਮੈਂ ਉਸ ਵਕਤ ਟੂਟ ਗਈ ਥੀ ਜਿਸ ਵਕਤ ਮੈਂ ਆਪਣੇ ਬਾਲ ਆਪਣੇ ਹੱਥੋਂ ਸੇ ਹੀ ਕਾਟ ਦੀਏ ਥੇ, ਕਿਉਂਕਿ ਇਹ ਮੇਰੇ ਲੀਏ ਸਭਸੇ ਬੜਾ ਸਦਮਾ ਤੋ ਖੁਦ ਮੁਝੇ ਲਗਾ ਥਾ। ਲੇਕਿਨ ਹਿਨਾ ਆਜ ਆਪਣੇ ਘਰ ਵਾਲੋਂ ਕੋ ਵੀ ਬਹੁਤ ਬੜਾ ਸਦਮਾ ਜੋ ਹੈ ਨਾ ਵੋ ਦੇ ਗਈ।